गुरदासपुर पुलिस ने बब्बरी बाईपास नाके दौरान दिल्ली नंबर गड्डी विचों 45 पेटियां नजायज शराब दियां बरामद कीतियां हन। ड्राइवर काबू केस दर्ज, पुलिस ने दोषी दे मामला दर्ज करके अग्गे दी कार्रवाई शुरू कर दिती है। दसनयोग गल ए है कि दोषी वल्लों ए शराब दियां नजायज बेटियां गुरदासपुर विच ही किसे तस्कर नूं देनियां सन। पुलिस ने नाकेबंदी दौरान इस नूं गिरफ्तार कीता है अते दिल्ली नंबर गड्डी भी बरामद कीती गई है। लवली कौसल दी विशेष रिपोर्ट। ए जी, रात सदर साडा जिहड़ा बब्बरी नाका उत्थे स्पैशल नाकाबंदी कीती गई सी सदर पुलिस वल्लों ते स्पैशल टीम वल्लों। दराने गड्डियां दी चैकिंग, एक इंडिका गड्डी सी दिल्ली नंबर, उहनूं रुकण दा इशारा कीता ਅਤੇ ਜਦੋਂ ਉਹਨੂੰ ਚੈੱਕ ਕਰਨ ਲੱਗੇ ਤਾਂ ਪਿਛਲੀ ਸੀਟ 'ਤੇ ਉਹਨੇ ਚਾਦਰ ਪਾਈ ਹੋਈ ਸੀਗੀ। ਅਤੇ ਉਹਨੇ ਜਦੋਂ ਚੈੱਕ ਕੀਤਾ ਉਹ 45 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਸੀ। ਕਿਹੜਾ ਮਾਰਕਾ ਇਹ ਜੀ? ਪੰਜਾਬ ਕਲੱਬ ਵਿਸਕੀ ਕਰਕੇ ਸੀਗੀ। ਪਤਾ ਲੱਗਾ ਕਿੱਥੋਂ ਆਉਂਦੀ, ਕਿੱਥੇ ਵੇਚਦੇ ਸੀ? ਹਾਂਜੀ, ਇਹਦੇ ਦੱਸਣ ਮੁਤਾਬਕ ਵੀ ਅੰਮ੍ਰਿਤਸਰ ਤੋਂ ਲੈ ਕੇ ਆਇਆ ਬਾਈਪਾਸ ਤੋਂ, ਅਤੇ ਇੱਥੇ ਇਹਨੇ ਬਾਈਪਾਸ 'ਤੇ ਕਿਸੇ ਨੂੰ ਦੇਣੀ। ਜਿਹੜੀ ਦਿੱਲੀ ਨੰਬਰ ਗੱਡੀ ਹੈ ਇਹਦਾ ਪਤਾ ਲੱਗਾ ਭਾਈ ਕਿਹਦੀ ਪਛਾਣ ਹੈ, ਕਿਹਦੇ ਨਾਂ 'ਤੇ ਜਾਂ ਮਾਰਿਆ ਹੋਈ ਇਹ ਜੀ ਹਲੇ ਵੈਰੀਫਾਈ ਕਰਾ ਰਹੇ ਹਾਂ ਜੀ। ਕਿੰਨੇ ਬੰਦੇ ਵਿੱਚ? ਇਹਦੇ 'ਚ ਇੱਕ ਬੰਦਾ ਸੀ ਡਰਾਈਵਰ। ਗੁਰਦਾਸਪੁਰ ਨਾਲ ਸੰਬੰਧਿਤ ਕੋਈ ਹੈਗਾ ਜੀ? ਨਹੀਂ, ਗੁਰਦਾਸਪੁਰ ਨਾਲ ਸੰਬੰਧਿਤ ਨਹੀਂ, ਇਹ ਸਾਡੀ ਹਲੇ ਤਫਤੀਸ਼ ਚੱਲ ਰਹੀ ਹੈ, ਦੇਖ ਰਹੇ ਹਾਂ ਅਸੀਂ ਵੈਰੀਫਾਈ ਕਰਾਂਗੇ ਵੀ ਇੱਥੇ ਕਿਹਨੂੰ ਦੇਣੀ ਅਤੇ ਪਿੱਛੋਂ ਕਿਹੜੇ ਦੇ ਬੰਦੇ ਤੋਂ ਲੈ ਕੇ ਆਇਆ ਸੀ। ਇਹ ਪਹਿਲਾਂ ਵੀ ਇੱਦਾਂ ਦੇ ਕੋਈ ਵੇਚਦੇ ਸੀ? ਹਾਂਜੀ, ਪਹਿਲਾਂ ਵੀ ਅਸੀਂ ਕਈ ਵਾਰੀ ਜਿਹੜੀ ਆ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਇਹ ਆਉਂਦੀ ਆ ਆਰਡਰ 14 ਦਿੱਤਾ। ਹਾਂਜੀ, ਇਹ 14 ਇਹਨਾਂ ਨੂੰ ਕੋਈ ਪਹਿਲਾਂ ਮਾਮਲਾ ਦਰਜ ਆਇਆ ਕੋਈ ਐਂਡੀ ਕੋਈ ਜਾਂ ਹੋਰ? ਨਹੀਂ ਜੀ, ਇਹ ਤੇ ਕੋਈ ਪਹਿਲਾ ਮੁਕੱਦਮਾ ਕੋਈ ਨਹੀਂ। ਪਹਿਲੀ ਵਾਰੀ ਇਹ ਟਰਾਈ ਕਰ ਰਹੇ? ਹਾਂਜੀ, ਇਹਦੇ ਦੱਸਣ ਮੁਤਾਬਕ ਨੇ ਦੂਜਾ ਕਿਹੜਾ ਸੀ ਟੈਗ ਦਿਨ ਲਾਇਆ ਤੋਂ ਪਹਿਲਾਂ? ਉਹ ਅਸੀਂ ਵੈਰੀਫਾਈ ਕਰ ਰਹੇ ਜੀ, ਐਕਸਾਈਜ਼ ਸੱਦੇ ਇੰਸਪੈਕਟਰ ਸਾਹਿਬ ਉਹ ਦੱਸਣਗੇ। ਪਹਿਲਾਂ ਕਿਹੜਾ ਕਿੱਥੋਂ ਲੈ ਕੇ ਮੰਨੇ ਕਿ ਕਿੱਥੇ ਲੈ ਕੇ? ਉਹ ਵੀ ਕਹਿੰਦਾ ਵੀ ਇੱਥੋਂ ਅੰਮ੍ਰਿਤਸਰੋਂ ਲਿਆ ਕੇ ਤੇ ਇੱਥੇ ਦਿੱਤੀ ਹੈ ਗੁਰਦਾਸਪੁਰ। ਕੋਈ ਅੰਮ੍ਰਿਤਸਰ ਬੰਦਾ ਜਿਹੜਾ ਕੋਈ ਤਸਕਰ ਜਿਹੜਾ? ਹਾਂਜੀ, ਉਹਨੇ ਸਾਨੂੰ ਦੱਸਿਆ ਉਹਦੀ ਅਸੀਂ ਕਰਾਂਗੇ ਵੈਰੀਫਾਈ, ਫਿਰ ਉਹਨੂੰ ਵਿੱਚ ਇਨਵੋਲਵ ਕਰਾਂਗੇ।